ਸੰਵੇਦਨਾ ਵਾਲਾ ਇਨਸਾਨ ਹੀ ਕਲਾਕਾਰ ਬਣਦਾ ਹੈ ਜੀ ਤੇ ਹਰ ਕਲਾਕਾਰ ਐਨੀ ਮੂਰੇ ਨਹੀਂ ਆਉਂਦਾ ਤੁਸੀਂ ਰਾਜਨੀਤੀ ਚ ਆਈਏ ਤੇ ਲੋਕਾਂ ਲਈ ਕੰਮ ਕਰੋ ਜਿਨ੍ਹਾਂ ਨੇ ਮਾਨ ਸਾਹਿਬ ਇਸ ਲਾਈਨ ਚ ਆਏ ਨੇ ਤੇ ਥੋੜਾ ਥੋੜਾ ਇੰਟਰਸਟ ਬਣ ਗਿਆ ਮਾਨ ਸਾਹਿਬ ਦਾ ਇੱਕ ਦਿਨ ਫੋਨ ਆਇਆ ਕਹਿੰਦੇ ਵੀ ਇਲੈਕਸ਼ਨ ਇਲੈਕਸ਼ਨ ਲੱਗਦਾ ਕਹਿੰਦਾ ਜਿਨ੍ਹਾਂ ਲੋਕਾਂ ਨੇ ਤੈਨੂੰ ਮਸ਼ਹੂਰ ਕੀਤਾ ਉਹਨਾਂ ਲਈ ਵੀ ਕਰ ਲੈ ਕੁਝ ਧਿਆਨ ਚ ਕਿ ਮੇਰੀ ਮੇਰਾ ਸ਼ੌਕ ਹੈ ਸੋਸ਼ਲ ਵਰਕ ਕਰਨਾ ਜੀ ਪਿੰਡ ਦੇ ਵਿੱਚ ਕੋਈ ਵੀ ਸਾਂਝਾ ਕੰਮ ਹੋਵੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਹੋਵੇ ਵੀ ਮੈਂ ਉਹਦੇ ਵਿੱਚ ਹਿੱਸਾ ਲਵਾਂ ਜਦੋਂ ਤੁਸੀਂ ਕਲਾਕਾਰੀ ਤੋਂ ਇੱਧਰ ਆਏ ਹੋ ਥੋੜਾ ਡਰ ਲੱਗਿਆ ਕੰਮ ਤਾਂ ਉਦੋਂ ਨਹੀਂ ਕੀਤਾ ਜਦੋਂ ਮਤਲਬ ਪ੍ਰਮਾਤਮਾ ਹੀ ਸ਼ਾਇਦ ਬਖਸ਼ ਦਿੰਦਾ ਵੀ ਯਾਰ ਇਹਨੂੰ ਲੋੜ ਸੀਗੀ ਤਾਂ ਇਹਨੇ ਮਤਲਬ ਇਹ ਕੰਮ ਕਰਨਾ ਪਿਆ ਇਹਨੂੰ ਵੀ ਇਹਨੂੰ ਰੱਬ ਵੀ ਸ਼ਾਇਦ ਮaaf ਕਰ ਦਿੰਦਾ ਉਦੋਂ ਵੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਕੋਈ ਗਲਤ ਕੰਮ ਕਰੀਏ ਇਸ ਚੀਜ਼ ਦੱਸ ਰਿਹਾ ਕਿ ਇਹ ਇਹ ਅਕਸ ਵਾਲੇ ਲੋਕ ਵੀ ਇਹ ਐਕਟਰ ਹੈ ਤੇ ਇਹਨਾਂ ਦਾ ਕਿੱਤਾ ਹੋਰ ਹੈ ਇਹ ਥੋੜੀ ਕਿੱਥੇ ਸੁਣਨੇ ਤੇ ਜਿਹੜਾ ਬੰਦਾ ਪੰਜਾਬ ਨੇ ਮੁੱਖ ਮੰਤਰੀ ਚੁਣਿਆ ਉਹ ਕਿਹੜੇ ਖਿੱਤੇ ਚੋਂ ਆਇਆ ਹੂੰ ਉਹਨੇ ਪੰਜਾਬ ਦੀ ਕੋਈ ਸੋਨੇ ਦਾ ਚਮਚ ਲੈ ਕੇ ਥੋੜਾ ਜੰਮਿਆ ਮੈਂ ਬੜੇ ਗਰੀਬ ਪਰਿਵਾਰ ਚ ਉੱਠਿਆ ਆਪਦੀ ਮਿਹਨਤ ਨਾਲ ਉੱਠਿਆ ਕੋਈ ਵੀ ਬੰਦਾ ਕੋਈ ਮੇਰੇ ਫੀਲਡ ਚੋਂ ਮੇਰੇ ਪਿੰਡ ਚੋਂ ਮੇਰੇ ਸਪਰੈਡ ਸਰਕਲ ਚੋਂ ਜਾਂ ਮੇਰੇ ਇੰਡਸਟਰੀ ਦੇ ਵਿੱਚੋਂ ਕੋਈ ਵੀ ਬੰਦਾ ਕੋਈ ਵੀ ਇੱਕ ਵੀ ਇਲਜ਼ਾਮ ਨਹੀਂ ਦਿਖਾ ਦੇਂਦਾ ਗਰੀਬਾਂ ਦੇ ਵੱਲ ਦੀ ਅੱਜ ਤੱਕ ਲੱਗਿਆ ਕਿ ਕਿਸੇ ਨੇ ਗੱਲ ਕੀਤੀ ਹੈ ਕਿਸੇ ਪੋਲੀਟੀਸ਼ੀਅਨ ਨੇ ਦੇਖੋ ਜੀ ਬਾਕੀ ਕੀਤੀ ਜਾਂ ਨਾ ਕੀਤੀ ਪਰ ਮੈਂ ਮੈਂ ਕਰੂੰਗਾ ਤੁਸੀਂ ਐਮਪੀ ਬਣ ਕੇ ਤੁਸੀਂ ਪਾਰਲੀਮੈਂਟ ਚ ਜਾਨੇ ਹੋ ਪਹਿਲਾ ਕੰਮ ਕੀ ਰੂੰਗਾ ਸਭ ਤੋਂ ਪਹਿਲਾ ਕੰਮ ਜਿਹੜਾ ਮੈਂ ਆਪਣੇ ਦਿਲ ਦੀ ਦੱਸਾਂ ਤੇ ਮੈਨੂੰ এনਵਾਇਰਨਮੈਂਟ ਦਾ ਹੈਗਾ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡਾਰਕ ਜਿਹੜੇ ਬੰਦੇ ਚ ਸੰਵੇਦਨਾ ਹੁੰਦੀ ਆ ਉਹ ਕਲਾਕਾਰ ਬਣਦਾ ਹੈ ਤੇ ਜਿਹੜੇ ਬੰਦੇ ਚ ਸੰਵੇਦਨਾ ਤੋਂ ਬਾਅਦ ਹਿੰਮਤ ਹੁੰਦੀ ਆ ਹੌਸਲਾ ਹੁੰਦਾ ਉਹ ਰਾਜਨੀਤੀ ਚ ਪੈਰ ਧਰਦਾ ਤੇ ਅੱਜ ਸਾਡੇ ਨਾਲ ਨੇ ਕਰਮਜੀਤ ਅਨਮੋਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਕਿਹਾ ਵੀ ਸੰਵੇਦਨਾ ਵਾਲਾ ਇਨਸਾਨ ਹੀ ਕਲਾਕਾਰ ਬਣਦਾ ਹੈ ਜੀ ਜੀ ਤੇ ਹਰ ਕਲਾਕਾਰ ਇੰਨੀ ਮੂਰੇ ਨਹੀਂ ਆਉਂਦਾ ਹਾਲਾਂਕਿ ਆਉਣ ਲੱਗੇ ਆ ਪਰ ਹਰ ਕਲਾਕਾਰ ਇੰਨੀ ਹਿੰਮਤ ਨਹੀਂ ਕਰਦਾ ਕਿ ਜੀ ਅਸੀਂ ਰਾਜਨੀਤੀ ਚ ਆਈਏ ਤੇ ਲੋਕਾਂ ਲਈ ਕੰਮ ਕਰੀਏ ਇਹ ਕਿਵੇਂ ਆਈ ਹਿੰਮਤ ਅਸਲ ਵਿੱਚ ਮੈਨੂੰ ਵੀ ਮਤਲਬ ਪਹਿਲਾਂ ਮੈਂ ਸੋਚਿਆ ਵੀ ਨਹੀਂ ਸੀ ਕਦੇ ਕਿ ਮੈਂ ਇੱਧਰ ਆਉਂਗਾ ਹਾਂਜੀ ਪਰ ਜਦੋਂ ਮਾਨ ਸਾਹਿਬ ਇਸ ਲਾਈਨ 'ਚ ਆਏ ਨੇ ਤੇ ਥੋੜਾ ਥੋੜਾ ਇੰਟਰਸਟ ਬਣਦਾ ਗਿਆ ਫਿਰ ਮਾਨ ਸਾਹਿਬ ਦਾ ਇੱਕ ਦਿਨ ਫੋਨ ਆਇਆ ਕਹਿੰਦੇ ਵੀ ਇਲੈਕਸ਼ਨ ਇਲੈਕਸ਼ਨ ਲੜਨੀ ਹੈ ਮੈਂ ਕਿਹਾ ਵੀ ਨਹੀਂ ਮੇਰੇ ਕੋਲੇ ਵਕਤ ਹੀ ਨਹੀਂ ਹੈਗਾ ਵੀ ਮੈਂ ਤਾਂ ਬਹੁਤ ਮਸ਼ਰੂਫ ਹਾਂ ਕੰਮ 'ਚ ਤੇ ਕਹਿੰਦਾ ਜਿੰਨਾ ਲੋਕਾਂ ਨੇ ਤੈਨੂੰ ਮਸ਼ਰੂਫ ਕੀਤਾ ਉਹਨਾਂ ਲਈ ਵੀ ਕਰ ਲੈ ਕੁਝ ਮੈਂ ਦੱਸੋ ਹਾਂ ਕਹਿੰਦੇ ਵੀ ਤੈਨੂੰ ਚੋਣ ਲੜਾ ਰਿਆ ਮੈਂ ਬਾਕੀ ਤੁਹਾਨੂੰ ਦੇਖ ਲਓ ਜੇ ਮੈਨੂੰ ਠੀਕ ਲੱਗਦਾ ਕਹਿੰਦੇ ਬਸ ਤੂੰ ਆਪਣੀ ਤਿਆਰੀ ਖਿੱਚ ਹਾਂ ਤੇ ਕਹਿੰਦੇ ਵੀ ਹੁਣ ਜਿੰਨਾ ਲੋਕਾਂ ਨੇ ਤੈਨੂੰ ਇੰਨਾ ਮੁਹੱਬਤ ਕੀਤੀ ਉਹਨਾਂ ਲਈ ਵੀ ਕੁਛ ਕਰ ਹੂੰ ਤੇ ਮੈਂ ਵੀ ਥੋੜਾ ਥੋੜਾ ਮੇਰੇ ਧਿਆਨ 'ਚ ਵੀ ਮਤਲਬ ਜਿਵੇਂ ਧਿਆਨ 'ਚ ਕਿ ਮੇਰੀ ਮੇਰਾ ਸ਼ੌਕ ਹੈ ਸੋਸ਼ਲ ਵਰਕ ਕਰਨਾ ਜੀ ਪਿੰਡ ਦੇ ਵਿੱਚ ਕੋਈ ਵੀ ਸਾਂਝਾ ਕੰਮ ਹੋਵੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਹੋਵੇ ਵੀ ਮੈਂ ਉਹਦੇ 'ਚ ਹਿੱਸਾ ਲਵਾਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਤੇ ਉਹੀ ਚੇਟਕ ਅੱਗੇ ਇੱਥੇ ਤੱਕ ਲੈ ਆਈ ਤੁਸੀਂ ਇੱਕ ਬੜੇ ਸਧਾਰਨ ਪਰਿਵਾਰ ਤੋਂ ਉੱਠੇ ਹੋ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਸਾਡੀਆਂ ਸਮੱਸਿਆਵਾਂ ਕੀ ਹੁੰਦੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਕੀ ਹੁੰਦੀਆਂ ਜੀ ਜੀ ਜਲਾਲ ਪਿੰਡ ਮੇਰੇ ਖਿਆਲ ਤੁਹਾਡੇ ਨਾਨਕੇ ਆ ਜੀ ਜੀ ਤੇ ਇਹ ਫਰੀਦਕੋਟ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਦੇਖਿਆ ਜਿਹੜਿਓ ਕੀ ਲੱਗਦਾ ਕਿ ਕਿਹੜੀਆਂ-ਕਿਹੜੀਆਂ ਕਮੀਆਂ ਹੈਗੀਆਂ ਇੱਥੇ ਜਿਨ੍ਹਾਂ ਦੇ ਲਈ ਤੁਸੀਂ ਕੰਮ ਕਰੋਗੇ? ਕਾਫੀ ਖੁਸ਼ ਹੈ ਜੀ ਕਿਉਂਕਿ ਮੈਨਲੇ ਸਾਹਿਬਾਨਾਂ ਤੋਂ ਮੇਰੇ ਜੇ ਲੋਕ ਲੋਕ ਵੀ ਦੱਸ ਰਹੇ ਨੇ। ਹੂੰ। ਕਾਫੀ ਜਿਹੜੀਆਂ ਇਹਨਾਂ ਦੀਆਂ ਅ ਮੁਸ਼ਕਲਾਂ ਨੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇੱਕ ਲੰਬੇ ਸਮੇਂ ਤੋਂ ਲੜਕਿਆ ਹੋਇਆ ਇਹਨਾਂ ਦਾ ਪ੍ਰੋਜੈਕਟ ਹੈ ਮੇਰਾ ਖਰਾ ਰੇਲਵੇ ਲਾਈਨ ਦਾ। ਜੀ। ਹਾਂ ਉਹਦੇ ਬਾਰੇ ਵੀ ਕੋਸ਼ਿਸ਼ ਕਰਾਂਗੇ ਵੀ ਜੇ ਉਹ ਹੱਲ ਹੋ ਸਕੇ। ਹੋਰ ਵੀ ਕਾਫੀ ਨੇ ਤੇ ਕਰਾਂਗੇ ਜੀ। ਜਦੋਂ ਤੁਸੀਂ ਕਲਾਕਾਰੀ ਤੋਂ ਇੱਧਰ ਆਏ ਹੋ ਥੋੜਾ ਡਰ ਲੱਗਿਆ ਕੋਈ ਹੈ ਡਰ ਅੰਦਰ ਹੈ ਕਿ ਯਾਰ ਵੀ ਚੰਗਾ ਭਲਾ ਕੰਮ ਕਰ ਚੱਲ ਰਿਹਾ ਤੇ ਯਾਰ ਇਹ ਇੰਪੈਕਟ ਨਾ ਹੋ ਜੇ ਦੇਖੋ ਜੀ ਜੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਹੈ ਨਾ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਜੀ ਕਿ ਤੁਸੀਂ ਚੰਗੇ ਕੰਮ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕ ਤੁਹਾਨੂੰ ਮਤਲਬ ਤੁਹਾਡੇ ਤੋਂ ਨਾਰਾਜ਼ ਹੋਣਗੇ ਜਾਂ ਨਿਰਾਸ਼ ਹੋਣਗੇ ਤੁਸੀਂ ਚੰਗੇ ਕੰਮ ਕਰਦੇ ਹੋ ਔਰ ਇਮਾਨਦਾਰੀ ਨਾਲ ਕੰਮ ਕਰਦੇ ਹੋ ਸਿੱਦਤ ਨਾਲ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕੋਈ ਡਰ ਹੋਣਾ ਚਾਹੀਦਾ ਮੈਂ ਕਿਹੜਾ ਕੋਈ ਮਾੜਾ ਕੰਮ ਕਰਨਾ ਮੈਂ ਮੇਰਾ ਵਧੀਆ ਘਰ ਚੱਲਦਾ ਮੈਂ ਮੇਰੇ ਐਕਟਿੰਗ ਤੋਂ ਸਾਰਾ ਕੁਝ ਵਧੀਆ ਤੇ ਮਾੜਾ ਕੰਮ ਤਾਂ ਉਹਦੋਂ ਨਹੀਂ ਕੀਤਾ ਜਦੋਂ ਮਤਲਬ ਪ੍ਰਮਾਤਮਾ ਹੀ ਸ਼ਾਇਦ ਬਖਸ਼ ਦਿੰਦਾ ਵੀ ਯਾਰ ਇਹਨੂੰ ਲੋੜ ਸੀਗੀ ਤਾਂ ਇਹਨੇ ਮਤਲਬ ਇਹ ਕੰਮ ਕਰਨਾ ਪਿਆ ਇਹਨੂੰ ਵੀ ਇਹਨੂੰ ਰੱਬ ਵੀ ਸ਼ਾਇਦ ਮaaf ਕਰ ਦਿੰਦਾ ਉਦੋਂ ਵੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਕੋਈ ਗਲਤ ਕੰਮ ਕਰੀਏ ਸੋ ਹੁਣ ਤਾਂ ਪ੍ਰਮਾਤਮਾ ਨੇ ਕੋਈ ਘਾਟ ਹੀ ਨਹੀਂ ਛੱਡੀ ਤੇ ਹੁਣ ਕਾਦੇ ਵਾਸਤੇ ਜਦੋਂ ਵਿਰੋਧੀ ਧਿਰਾਂ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਨਾਮ ਅਨਾਉਂਸ ਹੋਇਆ ਤਾਂ ਵਿਰੋਧੀ ਧਿਰਾਂ ਨੇ ਸਵਾਲ ਚੱਕਣੇ ਸ਼ੁਰੂ ਕੀਤੇ ਆ ਟ੍ਰੋਲਿੰਗ ਜਿਹੜੀ ਹੈਗੀ ਆ ਹਾਂਜੀ ਉਹ ਬੜੇ ਅਜੀਬ ਤਰੀਕੇ ਨਾਲ ਹੁੰਦੀ ਆ ਹਰ ਕਿਸੇ ਨਾਲ ਹੁੰਦੀ ਆ ਪਰ ਜਦੋਂ ਵੀ ਕੋਈ ਬੰਦਾ ਤਾਂ ਨੂੰ ਉੱਠਦਾ ਉਹਦੇ ਤੇ ਵੱਧ ਨਿਸ਼ਾਨਾ ਸਾਧਿਆ ਜਾਂਦਾ ਜੀ ਜੀ ਲੋਕੀ ਹੁਣ ਤੁਹਾਡੀਆਂ ਪੁਰਾਣੀਆਂ ਵੀਡੀਓਜ਼ ਕੱਢ-ਕੱਢ ਕੇ ਉਹ ਸ਼ੇਅਰ ਕਰਦੇ ਆ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਅੱਜਕੱਲ੍ਹ ਕਿ ਮੈਨੂੰ ਦੜਬੇ ਤੋਂ ਟੈਕਟ ਦਿੰਦਾ ਸੀ ਕੇਸਰੀਵਾਲ ਤੇ ਉਹ ਉਦੇ ਨਾਲ ਨਾਲ ਹੋਰ ਵੀ ਕਈ ਇਹ ਤਾਂ ਚਲੋ ਲੋਕੀ मजाक ਕਰ ਰਹੇ ਆ ਪਰ ਕਈ ਲੋਕੀ ਇਹ ਚੀਜ਼ ਦੱਸ ਰਹੇ ਆ ਕਿ ਇਹ ਇਹ ਅਕਸ ਵਾਲੇ ਲੋਕ ਵੀ ਇਹ ਐਕਟਰ ਆ ਤੇ ਇਹਨਾਂ ਦਾ ਕਿੱਤਾ ਹੋਰ ਆ ਇਹ ਥੋੜੀ ਕਿੱਥੇ ਸੁਣਨਗੇ ਤੇ ਜਿਹੜਾ ਬੰਦਾ ਪੰਜਾਬ ਨੇ ਮੁੱਖ ਮੰਤਰੀ ਚੁਣਿਆ ਉਹ ਕਿਹੜੇ ਖਿੱਤੇ ਚੋਂ ਆਇਆ ਹ ਹ ਉਹਨੇ ਪੰਜਾਬ ਦੀ ਸੁਣੀ ਨਹੀਂ ਸਭ ਕੁਝ ਲੋਕਾਂ ਨੇ ਜੇ ਉਹਨਾਂ ਨੂੰ ਪਿਆਰ ਦਿੱਤਾ ਇੱਕ ਕਲਾਕਾਰ ਨੂੰ ਪਿਆਰ ਦਿੱਤਾ ਤੇ ਉਹਨਾਂ ਨੇ ਵੀ ਆਪਣਾ 100% ਪੰਜਾਬ ਨੂੰ ਦਿੱਤਾ ਹ ਸੋ ਲੋਕ ਕਈ ਵਾਰੀ ਇੱਕ ਨਜ਼ਰੀਆ ਹੁੰਦਾ ਇੱਕ ਤਾਂ ਜਦੋਂ ਅੱਧਾ ਗਲਾਸ ਨੂੰ ਕੋਈ ਕਹਿੰਦਾ ਵੀ ਅੱਧਾ ਭਰਿਆ ਹੋਇਆ ਹਮ ਅੱਧਾ ਗਲਾਸ ਭਰਿਆ ਹੋਇਆ ਅੱਧੇ ਕਹਿੰਦੇ ਆ ਜਿਹੜੇ ਨੈਗੇਟਿਵਿਟੀ ਆ ਰਹੇ ਉਹ ਕਹਿੰਦੇ ਅੱਧਾ ਗਲਾਸ ਖਾਲੀ ਹੈ ਹਮ ਪਾਣੀ ਤਾਂ ਉਨਾ ਹੀ ਹੈ ਨਾ ਉਹਦੇ ਚ ਪਾਣੀ ਉਨਾ ਹੀ ਹੈ ਕਿ ਦੇਖਣ ਦਾ ਨਜ਼ਰੀਆ ਹੁੰਦਾ ਨਾਲ ਵੀ ਲੋਕ ਕਿਵੇਂ ਦੇਖਦੇ ਨੇ ਸੋ ਕਲਾਕਾਰ ਹੈ ਕਲਾਕਾਰ ਨੂੰ ਸਗਾ ਵੱਧ ਪਤਾ ਹੁੰਦਾ ਹਮ ਕਿਉਂਕਿ ਜਿਹੜਾ ਵੀ ਕਿਸੇ ਵਿੱਚ ਆਏ ਉਹ ਕਿਸਾਨ ਦਾ ਕੈਰੈਕਟਰ ਕਰਦਾ ਚਾਹੇ ਗਰੀਬ ਦਾ ਕਰਦਾ ਚਾਹੇ ਮਜ਼ਦੂਰ ਦਾ ਕਰਦਾ ਚਾਹੇ ਕੋਈ ਛੋਟੇ ਦੁਕਾਨਦਾਰ ਦਾ ਕਰਦਾ ਜਦੋਂ ਕੋਈ ਐਕਟਿੰਗ ਕਰਦਾ ਤਾਂ ਉਹਦੇ ਵਿੱਚ ਉਹ سانਚੇ ਦੇ ਵਿੱਚ ਢਲਣਾ ਪੈਂਦਾ ਉਹਨੂੰ ਉਹ ਇਹ ਜਾਂ ਬਣਨਾ ਪੈਂਦਾ ਉਹਨੂੰ ਸਗਾ ਵੱਧ ਪਤਾ ਹੁੰਦਾ ਬਾਕੀ ਮੈਂ ਕੋਈ ਸੋਨੇ ਦਾ ਚਮਚ ਲੈ ਕੇ ਥੋੜਾ ਜੰਮਿਆ ਮੈਂ ਬੜੇ ਗਰੀਬ ਪਰਿਵਾਰ ਚ ਉੱਠਿਆ ਆਪਦੀ ਮਿਹਨਤ ਸਦਕਾ ਉੱਠਿਆ ਕੋਈ ਵੀ ਬੰਦਾ ਕੋਈ ਮੇਰੇ ਫੀਲਡ ਚੋਂ ਮੇਰੇ ਪਿੰਡ ਚੋਂ ਮੇਰੇ ਫਰੈਂਡ ਸਰਕਲ ਚੋਂ ਜਾ ਮੇਰੇ ਇੰਡਸਟਰੀ ਦੇ ਵਿੱਚੋਂ ਕੋਈ ਵੀ ਬੰਦਾ ਕੋਈ ਵੀ ਇੱਕ ਵੀ ਇਲਜ਼ਾਮ ਲਾ ਕੇ ਦਿਖਾ ਦੇ ਮੇਰੇ ਤੇ ਹੂੰ ਸੋਹੀ ਹੈ ਵੀ ਵਿਰੋਧੀਆਂ ਨੇ ਕਹੜੇ ਹੁੰਦਾ ਮੈਂ ਤਾਂ ਉਹਨਾਂ ਨੂੰ ਵੀ ਕਦੇ ਮਾੜਾ ਨਹੀਂ ਕਿਹਾ ਵੀ ਜੇ ਉਹ ਵਿਰੋਧੀਏ ਕਹਦਾ ਜੇ ਮਾੜਾ ਨਾ ਕਹਿ ਅੱਛਾ ਜਦੋਂ ਆਪਾਂ ਕਹਿੰਦੇ ਆ ਕਿ ਗਰੀਬ ਪਰਿਵਾਰ ਚੋਂ ਅਸੀਂ ਉੱਠੇ ਆ ਤੇ ਅਸੀਂ ਗਰੀਬੀ ਸਾਰਿਆਂ ਨੇ ਦੇਖੀ ਆ ਗਰੀਬਾਂ ਦੇ ਵੱਲ ਦੀ ਅੱਜ ਤੱਕ ਲੱਗਿਆ ਕਿ ਕਿਸੇ ਨੇ ਗੱਲ ਕੀਤੀ ਹੈ ਕਿਸੇ ਪੋਲੀਟੀਸ਼ੀਅਨ ਨੇ ਦੇਖੋ ਜੀ ਬਾਕੀ ਕੀਤੀ ਜਾਂ ਨਾ ਕੀਤੀ ਪਰ ਮੈਂ ਮੈਂ ਕਰੂੰਗਾ ਕਿਉਂਕਿ ਮੈਂ ਉਸ ਪਰਿਵਾਰ ਚੋਂ ਉੱਠਿਆ ਹੂੰ ਬਾਕੀ ਕਿਉਂ ਨਹੀਂ ਕੀਤੀ ਮਾਨ ਸਾਹਿਬ ਨੇ ਜਿਹੜੇ ਇੰਨੇ ਕੰਮ ਕੀਤੇ ਆ ਮੇਰੀ ਗੱਲ ਸੁਣੋ ਇੱਕ ਆਮ ਕਰ ਜਿਹੜਾ ਚਾਹੇ ਗਰੀਬ ਹੈ ਚਾਹੇ ਦਰਮਿਆਨਾ ਪਰਿਵਾਰ ਹੈ ਹਾਂਜੀ ਜਿਹੜੀ ਬਿਜਲੀ ਫਰੀ ਕੀਤੀ ਉਹ ਬਹੁਤ ਵੱਡਾ ਹੂੰ ਇੱਕ ਸਹਾਰਾ ਹੈ ਬਿਲਕੁਲ ਲੋਕਾਂ ਨੂੰ ਜਿਹਦੇ ਬਿੱਲ ਨਹੀਂ ਆਉਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਬਿੱਲ ਆਉਂਦਾ ਸੀ ਹੂੰ ਤਾਂ ਮਤਲਬ ਕਿੰਨਾ ਔਖਾ ਹੋ ਜਾਂਦਾ ਸੀ ਕਾਮ ਪਰਿਵਾਰ ਨੂੰ ਜਾਂ ਗਰੀਬ ਪਰਿਵਾਰ ਨੂੰ ਹੂੰ ਬਾਕੀ ਆਮ ਘਰਾਂ ਦੇ ਜਿਹੜੇ ਧੀਆ ਪੁੱਤਾਂ ਨੂੰ ਮੇਰਾ ਖਿਆਲ ਆ ਹਰ ਦੂਜੇ ਤੀਜੇ ਮਹੀਨੇ ਨੌਕਰੀਆਂ ਮਿਲ ਰਹੀਆਂ ਨੇ ਪਿਛਲੀਆਂ ਸਰਕਾਰਾਂ ਚ ਕਦੇ ਕਦੇ ਨਹੀਂ ਇਹ ਸੋਚਿਆ ਹੁਣ ਤੁਸੀਂ ਇਹ ਦੇਖਿਆ ਹੁਣ ਤੇ ਬਹੁਤ ਕੁਛ ਹੈ ਬਹੁਤ ਕਿਉਂ ਨਹੀਂ ਕਰਦੇ ਇਹ ਮਾਨ ਸਾਹਿਬ ਸਭ ਕਰ ਰਹੇ ਹੋ ਥੋੜਾ ਪਹਿਲਾਂ ਕੰਮ ਕੀ ਰਹੂਗਾ ਜਦੋਂ ਤੁਸੀਂ ਹੁਣ ਸਰਕਾਰ ਚ ਆਉਣੇ ਹੋ ਤੁਸੀਂ ਐਮਪੀ ਬਣ ਕੇ ਤੁਸੀਂ ਪਾਰਲੀਮੈਂਟ ਚ ਜਾਣੇ ਹੋ ਪਹਿਲਾ ਕੰਮ ਕੀ ਰਊਗਾ ਸਭ ਤੋਂ ਪਹਿਲਾ ਕੰਮ ਜਿਹੜਾ ਮੈਂ ਆਪਣੇ ਦਿਲ ਦੀ ਦੱਸਾਂ ਤਾਂ ਮੈਨੂੰ এনਵਾਇਰਨਮੈਂਟ ਦਾ ਹੈਗਾ ਹਮ ਕਿ ਜਿਹੜਾ ਸਾਫ਼ ਸੁਥਰਾ ਹੋਵੇ এনਵਾਇਰਨਮੈਂਟ ਹੈ ਨਾ ਵੱਧ ਤੋਂ ਵੱਧ ਦਰਖਤ ਲਾਏ ਜਾਣ ਹਮ ਔਰ ਗ੍ਰੀਨਰੀ ਹੋਵੇ ਚਾਰੇ ਪਾਸੇ ਹੈ ਨਾ ਹਰੇ ਭਾਈ ਪੂਰੀ ਕੰਸਟੀਟੂਐਂਸੀ ਦੇ ਵਿੱਚ ਵੀ ਮੈਂ ਜਿਵੇਂ ਮੈਨੂੰ ਬਹੁਤ ਸ਼ੌਕ ਹੈ ਮੈਂ ਆਪਣੇ ਪਿੰਡ ਵੀ ਬਹੁਤ ਰਖਤ ਲਾਉਣਾ ਆਪਦੇ ਇਲਾਕੇ 'ਚ ਹਰ ਸਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਅਸੀਂ ਦਰਖਤ ਲਾਉਨੇ ਆ ਕਿਉਂਕਿ ਕੁਦਰਤ ਨੂੰ ਜੋ ਤੁਸੀਂ ਦਿਨੇ ਕੁਦਰਤ ਤੁਹਾਨੂੰ ਵਾਪਸ ਕਰਦੀ ਆ ਹੂੰ ਠੀਕ ਹੈ ਨਾ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰ ਚਾਹੀਦੀ ਕੁਦਰਤ ਨੂੰ ਸੰਭਾਲਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰੂੰਗਾ ਆਪਣੇ ਕੌਨਸਟਿਟੂਐਂਸੀ ਜੇ ਅਗਰ ਲੋਕ ਮੈਨੂੰ ਮੌਕਾ ਦਿੰਦੇ ਨੇ ਇੰਡਸਟਰੀ ਦੀ ਗੱਲ ਜਦੋਂ ਕਰਦੇ ਆ ਅਸੀਂ ਰੋਜ਼ਗਾਰ ਆਉਂਦਾ ਇੰਡਸਟਰੀ ਦੇ ਨਾਲ ਤੇ ਜਿਹੜੇ ਖਿੱਤੇ 'ਚ ਅਸੀਂ ਬੈਠੇ ਆ ਇੱਥੇ ਇੰਡਸਟਰੀ ਬਹੁਤ ਘੱਟ ਹੈ ਪਹਿਲਾਂ ਇਹਨੂੰ ਕਾਟਨ ਬੈਲਟ ਕਿਹਾ ਜਾਂਦਾ ਸੀ ਫਿਰ ਕਾਟਨ ਦੀ ਥਾਂ ਤੇ ਇੱਥੇ ਝੋਨਾ ਲੱਗਣ ਲੱਗਿਆ ਔਰ ਬੇਸ਼ੁਮਾਰ ਲੱਗਣ ਲੱਗਿਆ ਪਾਣੀ ਡੂੰਗੇ ਹੋ ਗਏ ਤੇ ਉਹ ਐਨੇ ਡੂੰਘੇ ਹੋਗੇ ਕਿ ਜੀ ਅਸੀਂ ਅੱਜ ਉਸ ਬੈਲਟ ਤੇ ਖੜੇ ਆ ਜਿੱਥੇ ਪਾਣੀ ਮੁੱਕਣ ਦੀ ਗੱਲ ਕਰਦੇ ਆ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਬਹੁਤ ਜਿਹੜਾ ਇਹ ਇਲਾਕੇ ਦੇ ਵਿੱਚ ਹੁਣ ਪਾਣੀ ਦੀ ਕਿਲਤ ਤਾਂ ਵੈਸੇ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਹੈ ਜੀ ਕੁਝ ਇਲਾਕਿਆਂ 'ਚ ਇੱਥੇ ਪਾਣੀ ਖਰਾਬ ਵੀ ਹੈ ਹੂੰ ਤੇ ਵੱਧ ਵੱਧ ਕੋਸ਼ਿਸ਼ ਕਰਾਂਗੇ ਕਿ ਵੀ ਨਹਿਰਾਂ ਦਾ ਪਾਣੀ ਇੱਥੇ ਲੱਗੇ ਵੈਸੇ ਤਾਂ ਮਾਨ ਸਾਹਿਬ ਨੇ ਬਹੁਤ ਕੁਛ ਕੀਤਾ ਕਿ ਮੇਰਾ ਖਿਆਲ ਵੀ ਲੋਕਾਂ ਦੀ ਵੀਡੀਓ ਵੀ ਦੇਖਦੇ ਆ 40-45 ਸਾਲਾਂ ਬਾਅਦ ਵੀ ਨਹਿਰੀ ਪਾਣੀ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਵੀ ਨਹਿਰੀ ਪਾਣੀਆਂ ਦੀ ਬਹੁਤ ਜ਼ਰੂਰਤ ਹੈ ਇੱਥੇ ਵੱਧ ਤੋਂ ਵੱਧ ਨਹਿਰੀ ਪਾਣੀ ਹੋਵੇ ਤਾਂ ਜਿਹੜਾ ਘੱਟ ਤੋਂ ਘੱਟ ਜਿਹੜਾ ਧਰਤੀ ਹੇਠਲਾ ਪਾਣੀ ਹੈ ਹੂੰ ਹੂੰ ਵੀ ਉਹ ਬਚਿਆ ਰਹੇ ਘੱਟ ਤੋਂ ਘੱਟ ਯੂਜ਼ ਹੋਵੇ ਬਾਹਰਲੇ ਮੁਲਕਾਂ ਵਿੱਚ ਅਸੀਂ ਦੇਖਦੇ ਆ ਕਿ ਅਜੇ ਪਾਣੀ ਜਿਹੜੇ ਨੇਚਰਲ ਸੋਰਸਸ ਨੇ ਜਿਵੇਂ ਮੀਂਹ ਦਾ ਪਾਣੀ ਉਹ ਲੋਕ ਅੱਜ ਉਹਨੂੰ ਯੂਜ਼ ਕਰਦੇ ਨੇ ਹਾਂਜੀ ਤੇ ਸਾਡੇ ਵੀ ਅਸੀਂ ਮਤਲਬ ਵੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਅਸੀਂ ਉਹ ਪਾਣੀ ਨੂੰ ਵੱਧ ਤੋਂ ਵੱਧ ਸਟੋਰ ਕਰੀਏ ਔਰ ਵੱਧ ਤੋਂ ਵੱਧ ਯੂਜ਼ ਕਰੀਏ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਮਤਲਬ ਪਾਣੀ ਬਚਾ ਲਵਾਂ ਅੱਛਾ ਜਦੋਂ ਅਸੀਂ ਦੇਖਦੇ ਸੀ ਪਹਿਲਾਂ ਲੋਕੀ ਖਾਲਾਂ ਕੱਸੀਆਂ ਤੇ ਜਾ ਕੇ ਉੱਥੇ ਕੱਪੜੇ ਵੀ ਧੋਣਾ ਉੱਥੇ ਲੋਕੀ ਨਹਾਉਣ ਵੀ ਜਾਂਦੇ ਹੁੰਦੇ ਸੀਗੇ ਹੁਣ ਉਹ ਥੋੜਾ ਜਿਹਾ ਘਟਦਾ ਜਾ ਰਿਹਾ ਇਹ ਚੀਜ਼ਾਂ ਉਹ ਬਚਪਨ ਦੇ ਵਿੱਚ ਤੁਹਾਡੀਆਂ ਇਹੋ ਜਿਹੀਆਂ ਚ ਕੁਝ ਯਾਦਾਂ ਰਹੀਆਂ ਜਿੱਤੇ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਗੁੱਸਾ ਆਇਆ ਹੋਵੇ ਕਿ ਯਾਰ ਜੇ ਮੈਂ ਮੇਰੇ ਕੋਲ ਪਾਵਰ ਹੋਵੇ ਨਾ ਤੇ ਮੈਂ ਇਹ ਕਰਨਾ ਦੇਖੋ ਜੀ ਸਾਡੀਆਂ ਮਾਵਾਂ ਭੈਣਾਂ ਨਹਿਰ ਤੇ ਕੱਪੜੇ ਧੋਣ ਜਾਂਦੀਆਂ ਸੀ ਤੇ ਉਦੋਂ ਇਹ ਵੀ ਸੀਗਾ ਕਿ ਹੈਂਡ ਪੰਪ ਹੁੰਦੇ ਸੀਗੇ ਹੱਥਾਂ ਨਾਲ ਪਾਣੀ ਗੇੜਨਾ ਉਹ ਵੀ ਇੱਕ ਪ੍ਰੋਜੈਕਟ ਹੁੰਦਾ ਸੀ ਜਿਮ ਲਾਉਣ ਦੇ ਬਰਾਬਰ ਹੋ ਜਾਂਦਾ ਸੀ ਜੀ ਉਧਰੋਂ ਥਾਪੀ ਨਾਲ ਕੱਪੜੇ ਧੋਣੇ ਡਬਲ ਜਿਮ ਹੋ ਜਾਂਦਾ ਸੀ ਹੈ ਨਾ ਉਹ ਲੋਕ ਨਲਕੇ ਤੇ ਮੋਟਰਾਂ ਲੱਗੀਆਂ ਹਾਂ ਉਹਨੇ ਲੋਕ ਸਿਖਾਲੇ ਵੀ ਕਰਤੇ ਜੀ ਤੇ ਪਰ ਸਾਡੀਆਂ ਜਿਹੜੀਆਂ ਸਾਤੋਂ ਬਹੁਤ ਕੁਝ ਖੋਇਆ ਵੀ ਹੈ ਹੈਨਾ ਕਿ ਪਾਣੀ ਡੂੰਗੇ ਹੋ ਗਏ ਪਾਣੀ ਖਰਾਬ ਵੀ ਹੋ ਗਏ ਸੋ ਮਤਲਬ ਗੁੱਸਾ ਇਸ ਚੀਜ਼ ਦਾ ਵੀ ਜਿਹੜਾ ਸਭ ਤੋਂ ਵੱਧ ਗੁੱਸਾ ਮੈਨੂੰ ਆਉਂਦਾ ਮੈਂ ਘਰੇ ਵੀ ਜੇ ਕੋਈ ਜਵਾਕ ਜਾਂ ਘਰ ਦਾ ਕੋਈ ਵੀ ਜੀ ਪਾਣੀ ਦੀ ਟੂਟੀ ਖੁੱਲੀ ਛੱਡ ਦੇ ਤਾਂ ਮੈਨੂੰ ਸਭ ਤੋਂ ਵੱਧ ਇਸ ਚੀਜ਼ ਤੇ ਗੁੱਸਾ ਆਉਂਦਾ ਵੀ ਜਿਹਦਾ ਪਾਣੀ ਦੀ ਬਰਬਾਦੀ ਕਰਦਾ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ ਕਦੇ ਕਿਸੇ ਰਾਜਨੀਤਿਕ ਲੀਡਰ ਤੇ ਗੁਸਾ ਆਇਆ ਹੋਇਆ ਜਿਵੇਂ ਖੂਨ ਖੋਲ ਗਿਆ ਹੋਵੇ ਯਾਰ ਵੀ ਆ ਬੰਦਾਂ ਨੂੰ ਤਾਂ ਦੇਖਣਾ ਨਹੀਂ ਚਾਹੁੰਦਾ ਮੈਂ ਨਹੀਂ ਮੈਂ ਮੇਰੀ ਇਹ ਜੀ ਨੇਚਰ ਨਹੀਂ ਕਿ ਵੀ ਮੈਂ ਇਸ ਕਦਰ ਤੱਕ ਕਿਸੇ ਵੱਲ ਸੋਚਾਂ ਤੇ ਕਹਿੰਦੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿਸੇ ਤੇ ਪਿਆਰ ਆਇਆ ਹੋਵੇ ਅੰਨਾ ਹੀ ਕਿ ਯਾਰ ਇਹਦੇ ਤੋਂ ਵਾਰੀ ਜਾਵਾਂ ਮੈਂ ਨਹੀਂ ਬਿਲਕੁਲ ਮਾਨ ਸਾਹਿਬ ਤੇ ਬਹੁਤ ਮਤਲਬ ਹੁੰਦਾ ਕਿ ਜਿਹੜੀਵਾਲ ਸਾਹਿਬ ਤੇ ਵੀ ਇਹਨਾਂ ਨੇ ਬੜਾ ਇੱਕ ਨਵਾਂ ਕ੍ਰਾਂਤੀ ਲਿਆਂਦੀ ਹੈ ਸੋ ਇਹਨਾਂ ਦੇ ਇਹਨਾਂ ਇਹਨਾਂ ਕਰਕੇ ਇਸ ਇਸ ਲਾਈਨ 'ਚ ਆਇਆ ਮੈਂ ਕਿ ਇਸ ਪਾਰਟੀ ਨੂੰ ਜੁਆਇਨ ਕੀਤਾ ਕਿ ਇਹ ਪਾਰਟੀ ਵਧੀਆ ਕੰਮ ਕਰ ਰਹੀ ਹੈ ਲੋਕਾਂ ਦੀਆਂ ਉਮੀਦਾਂ ਨੇ ਜੀ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਵੀ ਕੋਸ਼ਿਸ਼ ਕਰਾਂਗੇ ਵੀ ਕੁਝ ਵਧੀਆ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ